ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਪਿੰਡ ਰਾਜੋਕੇ ਦੇ ਕਿਸਾਨ ਪਰਿਵਾਰ ਨੇ ਥਾਣਾ ਖਾਲੜਾ ਮੁਖੀ SHO ਹਰਪ੍ਰੀਤ ਸਿੰਘ ਵਿਰਕ ਅਤੇ ਅੰਮ੍ਰਿਤਪਾਲ ਸਿੰਘ ਚੌਂਕੀ ਇੰਚਾਰਜ ਰਾਜੋਕੇ ਸਮੇਤ ਪੁਲਿਸ ਪਾਰਟੀ ਤੇ ਦੋਸ਼ ਲਗਾਉਂਦਿਆਂ ਸਰਬਜੀਤ ਕੌਰ ਪਤਨੀ ਬੇਅੰਤ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਸਾਡੇ ਘਰ ਪੁਲਿਸ ਨੇ ਜ਼ਬਰਦਸਤੀ ਦਾਖਲ ਹੋ ਕੇ ਮੇਰੇ ਪਤੀ ਬੇਅੰਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਮੈਂ ਇਸ ਘਟਨਾ ਦੀ ਆਪਣੇ ਮੋਬਾਈਲ ਫੋਨ ਰਾਹੀਂ ਵੀਡੀਓ ਬਣਾਉਣ ਲੱਗੀ ਤਾਂ ਥਾਣਾ ਖਾਲੜਾ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਮੇਰੇ ਪਾਸੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਦਿਆਂ ਮੇਰੀ ਚੁੰਨੀ ਖਿੱਚੀ ਅਤੇ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਅਤੇ ਮੇਰੀ ਬਾਂਹ ਫੜੀ, ਜਿਸ 'ਤੇ ਮੈਂ ਆਪਣੀ ਬਾਂਹ ਛੁਡਾ ਕੇ ਭੱਜ ਕੇ ਆਪਣੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉੱਧਰ ਦੂਜੇ ਪਾਸੇ ਬੇਅੰਤ ਸਿੰਘ ਦੀ ਮਾਤਾ ਸਰਬਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਜੇ ਕਮਰੇ ਵਿੱਚ ਬੈਠ ਕੇ ਮੈਂ ਪਾਠ ਕਰ ਰਹੀ ਸੀ ਕਿ ਇੰਨੇ ਚਿਰ ਨੂੰ ਪੁਲਿਸ ਵਾਲੇ ਮੇਰੇ ਲੜਕੇ ਬੇਅੰਤ ਸਿੰਘ ਦੀ ਕੁੱਟਮਾਰ ਕਰ ਰਹੇ ਸੀ। ਪੁਲਿਸ ਵਾਲਿਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਜ਼ਬਰਦਸਤੀ ਉਸ ਨੂੰ ਘਰੋਂ ਚੁੱਕ ਕੇ ਲਿਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਰੋਕਣ ਲੱਗੀ ਤਾਂ ਥਾਣਾ ਖਾਲੜਾ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਮੈਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਮੈਨੂੰ ਵੀ SHO ਵੱਲੋਂ ਠੁੱਡੇ ਮਾਰੇ ਗਏ ਅਤੇ ਉਹ ਆਪਣੀ ਗੱਡੀ ਵਿੱਚ ਮੇਰੇ ਲੜਕੇ ਬੇਅੰਤ ਸਿੰਘ ਨੂੰ ਜ਼ਬਰਦਸਤੀ ਬਿਠਾ ਕੇ ਲੈ ਗਏ। ਉਹਨਾਂ ਕਿਹਾ ਕਿ ਸਾਨੂੰ ਡਰ ਹੈ ਕਿ ਥਾਣਾ ਖਾਲੜਾ ਦੀ ਪੁਲਿਸ ਕਿਧਰੇ ਸਾਡੇ ਲੜਕੇ 'ਤੇ ਨਜਾਇਜ਼ ਕੋਈ ਨਸ਼ੀਲਾ ਪਦਾਰਥ ਪਾ ਕੇ ਝੂਠਾ ਪਰਚਾ ਦਰਜ ਨਾ ਕਰ ਦੇਵੇ। ਬੇਅੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਅਤੇ ਮਾਤਾ ਸਰਬਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਪਰਜੋਰ ਮੰਗ ਕੀਤੀ ਕਿ ਥਾਣਾ ਖਾਲੜਾ ਮੁਖੀ SHO ਹਰਪ੍ਰੀਤ ਸਿੰਘ ਵਿਰਕ ਅਤੇ ਚੌਂਕੀ ਇੰਚਾਰਜ ਰਾਜੋਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ। ਉੱਧਰ ਦੂਜੇ ਪਾਸੇ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ DSP ਭਿੱਖੀਵਿੰਡ ਰਾਜਵੀਰ ਸਿੰਘ ਨੇ ਪੁਲਿਸ 'ਤੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਬੇਅੰਤ ਸਿੰਘ ਲੋੜੀ ਦੇ ਕੇਸ ਵਿੱਚ ਦੋਸ਼ੀ ਸੀ ਜਿਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕੀਤਾ ਗਿਆ। ਉਹਨਾਂ ਵੀ ਕਿਹਾ ਕਿ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਕੀ ਨਾਮ ਭੈਣ ਜੀ ਤੁਹਾਡਾ? ਸਰਬਜੀਤ ਕੌਰ। ਕੀ ਗੱਲ ਹੋਈ ਹੈ ਜਿਹੜੇ ਕੱਪੜੇ ਪਾਟੇ ਤੇਰੇ? ਮੇਰੇ ਪੁੱਤ ਨੂੰ ਪਤਾ ਨਹੀਂ ਕਾਹਦੇ ਵਿੱਚ ਚੁੱਕਣ ਆ ਕੇ ਮੈਂ ਅੰਦਰ ਪਾਠ ਦੂਜੀ ਅੰਦਰ ਪਾਠ ਕਰਨ ਡਈ। ਜਦੋਂ ਆਏ ਆ ਇਹ ਇਹਨਾਂ ਦੇ ਜੋ ਆਉਂਦੇ ਨੇ ਉਹਨੇ ਮੇਰੇ ਪੁੱਤ ਨੇ ਕਿਹਾ ਇਹਨੂੰ ਕੁਰਸੀਆਂ ਲਿਆ ਉਹਨਾਂ ਐਂ ਕੁਰਸੀਆਂ 'ਤੇ ਉਹਨੂੰ ਕੁੱਟਣ ਮਾਰਨ ਡਿਆ ਪਿਆ। ਜਦੋਂ ਉਹਨੂੰ ਕੁੱਟਣ ਮਾਰਨ ਡਿਆ ਪਿਆ ਫਿਰ ਮੈਨੂੰ ਉਸੇ ਲਈ ਮੈਂ ਭੱਜ ਕੇ ਬਾਹਰ ਆਈ ਹਾਂ। ਕੌਣ ਸੀ ਜਿਹੜੇ ਕੁੱਟਣ ਮਾਰਨ? ਪੁਲਿਸ ਵਾਲੇ ਇੱਕ ਹਰਪ੍ਰੀਤ ਆ ਉੱਥੋਂ ਵਾਲਾ, ਉਹ ਤਾਂ ਦੂਜੇ ਲੀੜੀਆਂ 'ਚ ਆ, ਅਤੇ ਜਿਹੜਾ ਹੈਗਾ ਇੱਥੋਂ ਵਾਲਾ ਅੰਮ੍ਰਿਤਪਾਲ ਆ ਉਹ ਵੀ ਉਹਦੇ ਵਿੱਚ ਕਾਲੀ ਟੀ ਸ਼ਰਟ ਪਾਈ, ਉਹ ਵੀ ਅਤੇ ਸ਼ਰਾਬ ਨਾਲ ਬਹੁਤ ਨਸ਼ੇ ਨਾਲ ਰੱਜੇ ਸੀ, ਦੋਵੇਂ ਹੀ ਦੂਜੇ ਬਰਦੰਗਾਂ 'ਚ ਸੀ, ਉਹ ਦੋਵੇਂ ਸ਼ਰਾਬ ਨਾਲ ਰੱਜੇ ਸੀ। ਤੁਹਾਡੇ ਕਿਵੇਂ ਕੱਪੜੇ ਪਾਟੇ? ਜਦੋਂ ਮੈਂ ਇਹਨੂੰ ਧੱਕ ਕੇ ਲੈ ਗਏ ਤਾਂ ਮੈਂ ਪਹਿਲਾਂ ਮੈਨੂੰ ਵਹੁਟੀ ਨੇ ਆਖਿਆ ਬੂਹਾ ਮਾਰਦੇ, ਮੈਂ ਭੱਜ ਕੇ ਬੂਹਾ ਮਾਰਨ ਗਈ, ਮਗਰ ਵੀਡੀਓ ਬਣਾਉਂਦੀ ਬੂਹਾ ਮਾਰ ਕੇ ਉਹਨਾਂ ਮੈਨੂੰ ਚਲਾ ਕੇ ਉਦੋਂ ਮਾਰਿਆ, ਉਦੋਂ ਮੈਂ ਅਤੇ ਮੈਂ ਮੁੜ ਕੇ ਉਹਨੂੰ ਜਾ ਕੇ ਨਾ ਗੱਡੀ 'ਚ ਸੁੱਟ ਲਿਆ, ਮੈਂ ਗੱਡੀ ਦੇ ਅੱਗੇ ਲੰਮੇ ਪਈ ਹਾਂ ਅਤੇ ਇਹਦੇ ਮਗਰ ਭੱਜਾਂ ਉਹ ਫਿਰ ਉੱਥੋਂ ਬਾਹਰੋਂ ਇਹਦੇ ਮਗਰ ਭੱਜਾ ਜਿਹੜਾ ਖਾਲੜੇ ਵਾਲਾ
ਉਹਦਾ ਨਾਂ ਹਰਪ੍ਰੀਤ ਆ, ਉਹ ਇਹਦੇ ਮਗਰ ਭੱਜਾ। ਮੈਂ ਇਹਨੂੰ ਆਖਿਆ ਭਾਜਾ, ਇਹਨੇ ਤੇਰੀ ਮੋਬਾਈਲ ਖੋਣ ਪਿਆ ਭਾਜਾ, ਅਤੇ ਇਹ ਅੰਦਰ ਭੱਜ ਕੇ ਵਜੇ ਇੱਥੋਂ ਅੰਦਰ ਤੱਕਰ ਮਗਰ ਆਇਆ, ਇਹ ਅੰਦਰ ਲੈ ਕੇ ਵੜ ਗਈ। ਫਿਰ ਬਾਅਦ ਦੇ ਵਿੱਚ ਇਹਨੇ ਜਾ ਕੇ ਮੈਂ ਜਦੋਂ ਗੱਡੀ ਦੇ ਅੱਗੇ ਲੰਮੇ ਪਈ ਹਾਂ, ਇਹਨੇ ਮੈਨੂੰ ਚੁੱਕ ਕੇ ਨਾਲੇ ਠੁੱਡੇ ਮਾਰੇ, ਨਾਲੇ ਮੇਰੇ ਆ ਸਾਰੇ ਕੱਪੜੇ ਪਾੜ ਦਿੱਤੇ, ਅਤੇ ਰੋਂਦੇ ਫਿਰਦੇ ਮੇਰੇ ਪੁੱਤ ਨੂੰ ਲੈ ਕੇ ਜਾਂ ਦੱਸ ਕੇ ਜਾਂਦੇ, ਜੇ ਮੇਰੇ ਪੁੱਤ ਨੂੰ ਚੁੱਕਣਾ ਸੀ ਤਾਂ ਉਹਦਾ ਗੁਨਾਹ ਕੀ? ਜੇ ਕਾਸੇ ਵਿੱਚ ਵੀ ਲਗਾਇਆ ਸੀ ਦੱਸਣਾ ਤਾਂ ਹੱਕ ਸੀ ਨਾ। ਅਸੀਂ ਤਦ ਵੀਡੀਓ ਬਣਾਉਂਦੇ ਹਾਂ ਵੀ ਸਾਡੇ ਮੁੰਡੇ 'ਤੇ ਕੋਈ ਚੀਜ਼ ਨਸ਼ਾ ਨਾ ਪਾ ਦੇਣ, ਹੈਂ ਇੱਥੋਂ ਜਾਸਤੀ ਕਰਦੇ, ਜੋ ਕਰਦਾ ਪਿੰਡ ਦਾ ਸਰਪੰਚ ਕਰਦਾ ਸਾਡੇ ਨਾਲ ਉਹ ਕਰਾਉਣ ਡਿਆ। ਅਸੀਂ ਆਪਦਾ ਜਿਹੜਾ ਦਲੇਰ ਸਿੰਘ ਆ ਉਹ ਪਾਰਟੀ ਵਾਲਾ ਉਹਦੇ ਨਾਂ ਦਾ ਤੁਸੀਂ ਛੱਡੋ ਅਤੇ ਮੇਰੇ ਤੋਂ ਮਾਫ਼ੀ ਮੰਗੋ, ਵੋਟਾਂ ਵੀ ਇਹਨੂੰ ਦਿੱਤੀਆਂ ਅਤੇ ਇੱਥੋਂ ਮਾਫ਼ੀ ਕਿਉਂ? ਅਸੀਂ ਆਪਦੀ ਪਾਰਟੀ ਨਹੀਂ ਛੱਡਣੀ, ਮੇਰਾ ਬੰਦਾ ਪਾਰ ਮਰਿਆ ਉਹ ਸ਼ੁਰੂ ਤੋਂ ਉਹਦੇ ਪਾਰਟੀ ਨਾਲ, ਅਤੇ ਮੇਰੇ ਪੋਤਾਂ ਦੇ ਨਹੀਂ ਛੱਡਣੀ, ਅਸੀਂ ਉਹਨੇ ਨਹੀਂ ਪਾਰਟੀ ਛੱਡਣੀ, ਸਾਨੂੰ ਭਾਵੇਂ ਮਾਰ ਦੇਣ ਰੱਖ ਲੈਣ ਅਸੀਂ ਇਹ ਪਾਰਟੀ ਨਹੀਂ ਛੱਡਣੀ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਇਹ ਜਿਹੜਾ ਸਿਮਲ ਕੱਪੜਿਆਂ 'ਚ ਆਇਆ ਇਹ ਅਤੇ ਇਹ ਪਿੰਡ ਵਾਲਾ, ਇਹਨਾਂ ਦੋਵਾਂ ਨੂੰ ਇਹਨਾਂ ਨੂੰ ਘਰ ਨੂੰ ਘਣਾਉਣਾ ਚਾਹੀਦਾ। ਜੇ ਸਾਡੀ ਜਾਸਤੀ ਇਹ ਸਾਡਾ ਕੰਮ ਹੋਵੇ ਤਾਂ ਫਿਰ ਸਾਨੂੰ ਰਾਜ਼ੀ ਹਾਂ, ਜੇ ਸਾਡਾ ਕੰਮ ਨਾ ਹੋਇਆ ਫਿਰ ਸਰਕਾਰ ਕਾਹਦੀ ਧੱਕੇ ਕਰਾਉਣ ਡਈ? ਜੋ ਕਰਦੀ ਸਰਕਾਰ ਕਰਦੀ, ਜੋ ਕਰਾਉਂਦੇ ਇਹ ਕਰਾਉਂਦੇ ਸਰਪੰਚ। ਭੈਣ ਜੀ ਤੁਹਾਡੇ? ਸਰਬਜੀਤ ਕੌਰ। ਕੀ ਗੱਲ ਹੋਈ ਜਿਹੜੇ ਕੱਪੜੇ ਤੁਹਾਡੇ ਪਾਟੇ? ਇਹ ਸਾਡੇ ਘਰੇ ਕੱਲ 11:30 ਪੁਲਿਸ ਆਈ, ਨਾ ਉਹਨਾਂ ਕੋਈ ਬੂਹਾ ਖੜਕਾਇਆ, ਨਾ ਉਹਨਾਂ ਆਵਾਜ਼ ਮਾਰੀ ਕੋਈ, ਸਿੱਧੇ ਅੰਦਰ ਗਏ ਆ 5-6 ਜਣੇ ਸਿੱਧੇ ਅੰਦਰ ਗਏ। ਉਹ ਬੇਅੰਤ ਨੂੰ ਮੇਰਾ ਪਤੀ ਬੇਅੰਤ ਸਿੰਘ ਮੰਜੇ 'ਤੇ ਬੈਠਾ ਹੈ, ਉਹਨੂੰ ਖਿੱਚਣ ਲੱਗ ਪਏ, ਧੂਣ ਲੱਗ ਪਏ, ਮਾਰਨ ਕੁੱਟਣ ਲੱਗ ਪਏ ਉਹਨੂੰ। ਮੈਂ ਵੀਡੀਓ ਬਣਾਉਣ ਲੱਗੀ ਹਾਂ ਅਤੇ ਮੈਂ ਜਦੋਂ ਵੀਡੀਓ ਬਣਾਉਂਦੀ ਮਾਰਦੇ ਕੁੱਟਦੇ ਉਹਨੂੰ ਧੂੰਦੇ ਬਾਹਰ ਲੈ ਗਏ ਆ। ਜਦੋਂ ਮੈਂ ਵੀਡੀਓ ਬਣਾਉਣ ਲੱਗੀ ਹਾਂ ਅੱਗੋਂ ਜਿਹੜਾ ਖਾਲੜੇ ਦਾ ਹਰਪ੍ਰੀਤ SHO ਖਾਲੜੇ ਦਾ, ਉਹ ਅੱਗੋਂ ਮੇਰੇ ਮਗਰ ਭੱਜਿਆ, ਉਹਨੇ ਮੇਰੀ ਚੁੰਨੀ ਖਿੱਚੀ, ਮੈਨੂੰ ਬਾਹੋਂ ਫੜਿਆ, ਬਾਹੋਂ ਮੈਂ ਉਹ ਤੋਂ ਛੁੱਟ ਕੇ ਅੰਦਰ ਤੱਕ ਮੇਰੇ ਮਗਰ ਗਿਆ ਉਹ ਖਾਲੜੇ ਦਾ ਹਰਪ੍ਰੀਤ SHO। ਕਾਹਤੋਂ ਰੇਡ ਕੀਤੀ ਉਹਨੇ ਕਰੇ? ਰੇਡ ਸਾਨੂੰ ਉਹਨਾਂ ਦੱਸਿਆ ਹੀ ਨਹੀਂ ਕੁਝ, ਅਸੀਂ ਕਾਹਤੋਂ ਕੀਤੀ? ਅਸੀਂ ਪੁੱਛਦੇ ਰਹੇ ਵੀ ਕਿਹੜੇ ਚੱਕਰ 'ਚ ਲੈ ਕੇ ਚੱਲੇ ਜੇ ਸਾਨੂੰ ਦੱਸ ਕੇ ਜਾਓ, ਉਹਨਾਂ ਸਾਨੂੰ ਕੁਝ ਨਹੀਂ ਦੱਸਿਆ, ਨਾ ਸਾਨੂੰ ਜੋ ਉਹਨਾਂ ਕੁਝ ਵਿਖਾਇਆ, ਨਾ ਉਹਨਾਂ ਦੇ ਹੱਥ 'ਚ ਕੋਈ ਕਾਗਜ਼ ਸੀ। ਤੁਹਾਡੇ ਜਨਾਨੀਆਂ ਦੀ ਕਿਹੜੇ ਕਿਹੜੇ ਦੀ ਕੁੱਟਮਾਰ ਹੋਈ ਹੈ ਜੀ? ਸਰਬਜੀਤ ਕੌਰ, ਮੈਂ ਬੇਅੰਤ ਸਿੰਘ ਦੀ ਪਤਨੀ, ਮੇਰੀ ਸੱਸ ਸਰਬਜੀਤ ਕੌਰ, ਇਹਨਾਂ ਦੀ ਵੀ ਕੁੱਟਮਾਰ ਹੋਈ ਜੀ? ਇਹਨਾਂ ਨੂੰ SHO ਹਰਪ੍ਰੀਤ ਖਾਲੜੇ ਦਾ, ਉਹਨਾਂ ਨੇ ਇਹਨੂੰ ਠੁੱਡੇ ਮਾਰੇ, ਇਹਨਾਂ ਨੂੰ ਮੰਦਾ ਚੰਗਾ ਬੋਲਿਆ, ਧੂਇਆ ਇਹਨਾਂ ਨੂੰ ਗੱਡੀ ਦੇ ਅੱਗੇ, ਲੰਮੇ ਪੈਸੇ ਨੂੰ ਖਿੱਚਿਆ ਗੱਡੀ ਦੇ ਅੱਗੋਂ। ਕੀ ਮੰਗ ਕੀ ਕਰਦੇ ਜੀ ਤੁਸੀਂ ਹੁਣ? ਮੰਗ ਅਸੀਂ ਇੱਦਾਂ ਇਨਸਾਫ਼ ਚਾਹੁੰਦੇ ਹਾਂ, ਸਾਨੂੰ SSP ਦੀ ਕਾਰਵਾਈ ਹੋਣੀ ਚਾਹੀਦੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਕਿਸੇ ਦੇ ਘਰੇ, ਕਿਸੇ ਦੇ ਜਾ ਕੇ, ਕਿਸੇ ਦੀ ਧੀ ਭੈਣ ਨੂੰ ਕਿਸ ਤਰ੍ਹਾਂ ਉਸਦੇ ਚੁੰਨੀ ਖਿੱਚਣੀ, ਕਿਸ ਤਰ੍ਹਾਂ ਉਸਦੇ ਮਗਰ ਭੱਜਣਾ, ਇਹ ਸਾਰੀ ਸਜ਼ਾ ਉਸਨੂੰ ਮਿਲਣੀ ਚਾਹੀਦੀ ਹੈ। ਕੀ ਨਾ ਭਾਈ? ਅਨਾਰ ਸਿੰਘ। ਕੀ ਗੱਲ ਹੋਈ ਜੀ? ਸਰਦਾਰ ਜੀ, ਪਤਾ ਹੀ ਨਹੀਂ ਇਹਨਾਂ ਨੂੰ ਕੀ, ਸਾਡੇ ਕੀ ਯਾਰਾਂ ਦਾ ਟਾਈਮ ਆ ਅਤੇ ਮੈਂ ਉਹਦੇ ਡੰਗਰਾਂ ਨੂੰ ਪਾਣੀ ਲਾਉਂਦਿਆਂ ਨਵਾਉਂਦਿਆਂ, ਅਤੇ ਜਦੋਂ ਰੌਲਾ ਪਿਆ ਤਾਂ ਮੈਂ ਵੇਖਿਆ ਅਤੇ ਮੰਮੀ ਫਿਰ ਪਾਸੇ ਹੋ ਗਿਆ ਡਰਦਾ, ਅਤੇ ਮੈਨੂੰ ਨਾ ਲੈ ਜਾਂਦੇ। ਫਿਰ ਇਹ ਮੇਰੀ ਭਰਜਾਈ ਆ, ਇਹਦੇ ਹੱਥੀਂ ਪਿਆ ਥਾਣੇਦਾਰ, ਅੰਦਰ ਬਾਹਰੋਂ ਭੱਜ ਗਏ, ਵੀਡੀਓ ਬਣਾਉਂਦੀ, ਨਾਲੇ ਉਹਨੂੰ ਬਹੁਤ ਕੁੱਟਿਆ ਆਪਣੇ ਨਾਲ ਦੀ ਨੇ, ਇਸ ਨਸ਼ੇ ਨਾਲ ਦੋਵੇਂ ਰੱਜੇ ਸੀ, ਇੱਕ ਅਵਰਤਪਾਲ ਥਾਣੇਦਾਰ ਰਾਜੋਕੇ ਵਾਲਾ ਅਤੇ ਇੱਕ ਖਾਲੜੇ ਵਾਲਾ, ਉਹਦਾ ਤਾਂ ਮੈਨੂੰ ਨਾਂ ਦਾ ਨਹੀਂ ਪਤਾ, ਮੈਂ ਉਹਲੇ ਹੋ ਗਿਆ ਮਾੜਾ ਜਿਹਾ ਭੱਜ ਗਿਆ। ਮਾਂ ਮੈਨੂੰ ਨਾ ਲੈ ਜਾਣ, ਮੇਰੇ ਭਰਾ ਨੂੰ ਬਹੁਤ ਕੁੱਟਿਆ, ਧੂ ਕੇ ਖੜਿਆ, ਅਤੇ ਮੇਰੀ ਮਾਂ ਨੂੰ ਵੀ ਠੁੱਡੇ ਮਾਰਦਾ ਰਿਹਾ ਅਤੇ ਮੰਦਾ ਚੰਗਾ ਬੋਲਿਆ, ਗੱਡੀ ਧੂ ਕੇ ਸੁੱਟਦਾ ਰਿਹਾ, ਅਤੇ ਨਾ ਕੋਈ ਜੇ ਇਹਨੇ ਰੇਡ ਕਰਨੀ ਸੀ ਸਾਡੇ ਘਰ, ਜਾਂ ਕੋਈ ਪਿੰਡ ਦਾ ਬੰਦਾ ਜਾਂ ਸਾਨੂੰ ਬਾਹਰੋਂ ਆਵਾਜ਼ ਮਾਰਦਾ, ਸਾਨੂੰ ਆਵਾਜ਼ ਮਾਰਦਾ ਘਰੇ ਹੈਗੇ ਆ ਕਿ ਨਹੀਂ ਹੈਗੇ, ਫਿਰ ਇਹ ਆਉਂਦਾ, ਇਹ ਸਿੱਧਾ ਆਇਆ, ਨਾ ਇਹਨੇ ਕੋਈ ਵਰਦੀ ਪਾਈ, ਨਾ ਇਹਨੇ ਬੂਟ ਪਾਏ, ਚਪਲਾਂ 'ਚ ਆਇਆ, ਸਿਲਮੇ ਲੀੜੇ ਪਾਇਆ, ਇਹਨੇ ਆ ਗਏ ਅੰਦਰ, ਨਾ ਇਹਨੇ ਕੋਈ ਵੇਖਿਆ ਕੋਈ ਕੀ ਕਰਦਾ, ਕੀ ਕੋਈ ਨਹਾਉਣ ਡਿਆ, ਕੋਈ ਕੁਛ ਕਰਦਾ ਕਿ ਕੀ, ਇਹਨੇ ਸਿੱਧਾ ਅੰਦਰ ਗਿਆ, ਮੇਰਾ ਭਰਾ ਉੱਥੇ ਬੈਠਾ ਮੋਬਾਇਲ ਵੇਖਣ ਦਾ, ਸਾਡੀ ਗੱਡੀ ਦੇ ਅੱਗੇ ਖਲੋ ਗਈ, ਕੀ ਸਾਨੂੰ ਦੱਸ, ਮੈਂ ਫਿਰ ਪਾਸੇ ਹੋ ਗਿਆ। ਮਾਰਾ ਸਾਡੀ ਪੁੱਛਦੀ ਰਹੀ ਇਹਨੂੰ ਥਾਣੇਦਾਰ ਨੂੰ, ਮੇਰੇ ਪੁੱਤ ਨੂੰ ਕਦੇ ਕੰਮ 'ਚ ਖੜਨ ਦਿਆ, ਅਤੇ ਅਸੀਂ ਇਹ ਵੀਡੀਓ ਬਣਾ ਲਾ ਤੂੰ ਕਿ ਕੋਈ ਨਸ਼ਾ ਨਾ ਪਾ ਦੇ, ਅੱਗੇ ਨੇ ਬਹੁਤ
ਨਹੀਂ ਪਏ ਧੋਖੇ ਨਾ ਸੱਦ ਕੇ ਮੁੰਡਿਆਂ ਨੂੰ ਦਵਾ ਦਵਾਉਣ ਮੈਂ ਖੜਨਾ ਅਤੇ ਇਹਨੇ ਮੁੰਡਿਆਂ ਨੂੰ ਉੱਤੇ ਨਸ਼ੀਲਾ ਪਾਊਡਰ ਪਾ ਪਾ ਕੇ ਅੰਦਰ ਕਰੀ ਜਾਂਦਾ ਇੱਥੋਂ ਆਉਂਦਾ ਮੈਂ ਦਵਾ ਦਵਾਉਣ ਖੜਦਾ ਉੱਥੇ ਜਾ ਕੇ ਨਸ਼ਾ ਉੱਤੇ ਪਾਈ ਜਾਂਦਾ ਪਾਊਡਰ ਇਸੇ ਡਰਦੇ ਨਹੀਂ ਅੱਖਿਆਂ ਨੂੰ ਵੀਡੀਓ ਬਣਾ ਲਾ ਕਿਤੇ ਇੱਥੇ ਹੁਣ ਇਹ ਕੰਮ ਕਰ ਦਿੰਦਾ ਹੋਵੇ ਫਿਰ ਉਹ ਜਿਹੜਾ ਖਾਲ ਡੇਰਾ ਥਾਣੇਦਾਰ ਇਹਦੇ ਮੇਰੀ ਭਰਜਾਈ ਦੇ ਹੱਥੀ ਪਿਆ ਅਵੇ ਲੀੜੇ ਪਾਟੇ ਮੇਰੀ ਮਾਤਾ ਦੇ ਵੀ ਹੱਥੀ ਪਿਆ ਠੁੱਡੇ ਮਾਰਦੇ ਰਹੇ ਮੰਦਾ ਚੰਗਾ ਬੋਲਦੇ ਕੀ ਮੰਗ ਕਰਦੇ ਮੰਗ ਇਹੋ ਹੀ ਇਹਨਾਂ ਨੂੰ ਸਪੈਂਡ ਕਰਨਾ ਚਾਹੀਦਾ ਐਸ ਐਸ ਪੀ ਦੇ ਅੱਗੇ ਸਾਡੀ ਬੇਨਤੀ ਆ ਸਾਡੀ ਸੁਣਨ ਗਰੀਬਾਂ ਦੀ ਸਾਡੀ ਕਿੰਨੇ ਸੁਣਨੀ ਜੇ ਤੁਸੀਂ ਨਹੀਂ ਸੁਣਨੀ ਤਾਂ ਸਾਡੀ ਕਿਸੇ ਨੇ ਸੁਣਨੀ ਨਹੀਂ ਸਾਡੇ ਦੁਆਰਾ ਬੇਅੰਤ ਸਿੰਘ ਪੁੱਤਰ ਬਲਦੇਵ ਸਿੰਘ ਘਰ ਰੇਡ ਕੀਤੀ ਗਈ ਸੀ ਸਿਵਲ ਵਰਦੀ ਦੇ ਵਿੱਚ ਕੀ ਕਾਰਨ ਸੀ ਸਰ ਇਹ ਜਿਹੜਾ ਬੇਅੰਤ ਸਿੰਘ ਜਿਹੜਾ ਮੁਕੱਦਮਾ ਨੰਬਰ ਹੈਗਾ 65/19 ਮਿਤੀ 24/8/19 ਨੂੰ ਅੰਡਰ ਸੈਕਸ਼ਨ 380(b), 186, 353 ਅਤੇ 332 IPC ਦਾ ਰਜਿਸਟਰ ਕੇਸ ਖੜਾ ਹੋਇਆ ਸੀ ਜੀ ਉਸ ਵਿੱਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਆਪਣੇ ਜਿਹੜੇ SDO ਪੂਰਨ ਸਿੰਘ ਸੀ ਉਹਨਾਂ ਨਾਲ ਉਹਨਾਂ ਉਹ ਇੱਥੇ ਚੈਕਿੰਗ ਕਰਨ ਆਏ ਤਾਂ ਉਹਨਾਂ ਰਸਤਾ ਰੋਕਿਆ ਘਰਾਓ ਕੀਤਾ ਅਤੇ ਉਹਨਾਂ ਦਾ ਜਿਹੜਾ LCRC ਰੋਡ ਚੈਕਿੰਗ ਰਜਿਸਟਰ ਅਤੇ ਡਾਇਰੀ ਵਗੈਰਾ ਉਹਨੇ ਖੋਲ੍ਹੀ ਸੀਗੀ ਤਾਂ ਉਹਦੇ ਵਿੱਚ ਇਹ ਦੋਸ਼ੀ ਸਾਡਾ ਬਾਏ ਨੇਮ ਜਿਹੜਾ ਬੇਅੰਤ ਸਿੰਘ ਸਾਨੂੰ ਬਲਦੇਵ ਸਿੰਘ ਸੀਗਾ ਉਹ ਬਾਏ ਨੇਮ ਉਹਦੇ ਵਿੱਚ ਜਿਹੜਾ ਗਿਆ ਸਾਡਾ ਹੱਕੀ ਦੋਸ਼ੀ ਸੀਗਾ ਉਸਨੂੰ ਗ੍ਰਿਫਤਾਰ ਕਰਨ ਵਾਸਤੇ ਇੱਕ ਰੇਡ ਜਿਹਾ ਕੀਤਾ ਗਿਆ ਸੀ ਸਰ ਵੇਖਣ 'ਚ ਆਇਆ ਕਿ ਜਨਾਨੀਆਂ ਦੇ ਕੱਪੜੇ ਪਾੜੇ ਗਏ ਉਹਨਾਂ ਦੀ ਕੁੱਟਮਾਰ ਕੀਤੀ ਗਈ ਨਹੀਂ 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 ਜਨਾਨੀ ਦੇ ਕੱਪੜੇ ਪਾਉਣ ਵਾਲੀ ਜਾਂ ਕੁੱਟਮਾਰ ਵਾਲੀ ਤਾਂ ਐਸੀ ਗੱਲ ਨਹੀਂ ਹੋਈ ਕੋਈ ਵੀ ਠੀਕ ਹੈ ਅਤੇ ਐਸੀ ਤਾਂ ਕੋਈ ਗੱਲ ਸਾਨੂੰ ਸਾਡੇ ਨੌਲੇਜ ਤਾਂ ਆਈ ਉਹਨਾਂ ਘਰ ਵਾਲਿਆਂ ਜਨਾਨੀਆਂ ਵੱਲੋਂ ਹੀ ਦੋਸ਼ ਲਾਏ ਗਏ ਕਿ ਇਸ ਤਰ੍ਹਾਂ ਸਿਵਲ ਵਰਦੀ ਚਾਹੀਦੀ ਸਾਡੀ ਕੁੱਟਮਾਰ ਕੀਤੀ ਨਹੀਂ ਨਹੀਂ ਬਿਲਕੁਲ ਨਹੀਂ ਹੋਇਆ ਉਹ ਵੈਸੇ ਉਹਦਾ ਆਪਣਾ ਮਜ਼ਾਕ ਕਰਨ ਵਾਸਤੇ ਇਹ ਗੱਲਾਂ ਕਰ ਰਹੇ ਆ ਪਰ ਨਹੀਂ ਜਿਹੜਾ ਸਾਡਾ ਹੱਕੀ ਦੋਸ਼ੀ ਹੈ ਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਹਸਬ ਜਾਤ ਦਾ ਗ੍ਰਿਫਤਾਰ ਕੀਤਾ ਮਸਲਾ ਇਹ ਜੀ FIR ਨੰਬਰ 65/19 ਆ 24/8/19 ਨੂੰ ਜੁਰਮ 186 353 332 IPC ਥਾਣਾ ਕਾਲੜਾ ਵਿਖੇ ਦਰਜ ਕੀਤਾ ਗਿਆ ਸੀ ਇੱਥੇ SDO ਪੂਰਨ ਸਿੰਘ ਬਿਜਲੀ ਬੋਰਡ ਦੇ SDO ਨੇ ਜਿਹੜੇ ਉੱਥੇ ਬਿਜਲੀ ਚੋਰੀ ਕਰਨ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਫੜਨ ਵਾਸਤੇ ਆਏ ਸੀਗੇ ਅਤੇ ਇਹਨਾਂ ਨੇ ਬੇਅੰਤ ਸਿੰਘ ਅਤੇ ਇਹਦੇ ਹੋਰ ਸਾਥੀਆਂ ਨੇ ਰਲ ਕੇ ਉਹਨਾਂ ਦੀ ਜਿਹੜੀ ਆ ਡਿਊਟੀ 'ਚ ਰੁਕਾਵਟ ਪਾਈ ਉਹਨਾਂ ਨੂੰ ਧੱਕੇ ਮਾਰੇ ਅਤੇ ਉਹਨਾਂ ਦੇ ਕਾਗਜ਼ ਪੱਤਰ ਖੋਲ੍ਹਿਆ ਸੀਗੇ ਠੀਕ ਹੈ ਜਿਸ ਦੇ ਉੱਤੇ ਪੂਰਨ ਸਿੰਘ ਮਦਈ ਜਿਹੜਾ SDO ਆ ਉਹਨਾਂ ਨੇ ਕੰਪਲੇਂਟ ਥਾਣੇ ਕਾਲੜੇ ਦਰਜ ਕਰਵਾਈ ਜਿਸ ਦੇ ਵਿਭਾਗ ਦੇ ਉੱਤੇ ਬੇਅੰਤ ਸਿੰਘ ਵਗੈਰਾ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 65/19 ਦਰਜ ਕੀਤਾ ਗਿਆ ਸੀ ਅਤੇ ਇਹ ਅੱਗੋਂ ਆਪਣੇ ਜਿਹੜਾ ਇਹਨਾਂ ਨੂੰ ਪਤਾ ਸੀਗਾ ਸਾਡੇ 'ਤੇ ਮੁਕੱਦਮਾ ਦਰਜ ਆ ਇਹਨਾਂ ਉੱਤੇ ਪੁਲਿਸ ਨੇ ਕਾਫੀ ਵਾਰ ਰੇਡ ਕੀਤੇ ਜੋ ਇਹ ਘਰੋਂ ਅੱਗੇ ਪਿੱਛੇ ਦੌੜੇ ਫਿਰਦੇ ਸੀ ਮੁਕੱਦਮੇ ਕਰਕੇ ਅਤੇ ਫਿਰ ਮਿਤੀ 16/10/19 ਨੂੰ ਜਿਹੜਾ ਬੇਅੰਤ ਸਿੰਘ ਆ ਉਹ ਇਹ ਮੁਕੱਦਮੇ ਵਿੱਚ ਮਿਲ ਗਿਆ ਸੀਗਾ ਅਤੇ ਜਿਹਦੀ ਗ੍ਰਿਫਤਾਰੀ ਪਾਈ ਗਈ ਆ ਇਹ ਜਿਹੜਾ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਆ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਬੇਅੰਤ ਸਿੰਘ ਜਿਹੜਾ ਸਾਨੂੰ ਲੋੜੀਦਾ ਦੋਸ਼ੀ ਨਹੀਂ ਉਹਨੂੰ ਜ਼ਾਬਤੇ ਅਨੁਸਾਰ ਉਹਦੀ ਗ੍ਰਿਫਤਾਰੀ ਪਾਈ ਗਈ ਆ ਅਤੇ ਉਹਨੂੰ ਕੋਰਟ ਦੇ ਵਿੱਚ ਮਜਿਸਟਰੇਟ ਸਾਹਿਬ ਦੇ ਪੱਟੀ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੇ ਇਹਨੂੰ ਜੁਡੀਸ਼ਲ ਆਰਡਰ ਜੇਲ੍ਹ 'ਚ ਭੇਜ ਦਿੱਤਾ ਗਿਆ ਵਾ ਅਤੇ ਕਿਸੇ ਨਾਲ ਵੀ ਕੋਈ ਜਿਹੜੀ ਆ ਬਦਤਮੀਜ਼ੀ ਜਾਂ ਕੋਈ ਵੀ ਦੁਰਵਿਵਹਾਰ ਨਹੀਂ ਕੀਤਾ ਗਿਆ ਇਹ ਜਿਹੜਾ ਬੇਅੰਤ ਸਿੰਘ ਦਾ ਪਰਿਵਾਰ ਹੈ ਝੂਠਾ ਇਲਜ਼ਾਮ ਲਾ ਰਿਹਾ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ